ਸਮਾਜਿਕ ਦਿੱਸ ਦੇਖ ਰਹੇ ਆ ਏਜੀ ਅਮਰ ਸਿੰਘ ਪੰਜਾਬ ਨਿਊ ਚੈਨਲ ਨਿਊ ਚੈਨਲ ਤੋਂ ਮੈਂ ਅਮਰਜੀਤ ਸਿੰਘ ਅੱਜ ਅਸੀਂ ਪਹੁੰਚੇ ਆ ਸਾਡੇ ਵਿਡਾਲੀ ਲੋੜ ਤੇ ਜੋ ਕਿ ਫੌਜੀ ਮੋਦੀ ਖਾਨਾ ਬਹੁਤ ਜਿਆਦਾ ਮਸ਼ਹੂਰ ਅਤੇ ਉਹਨਾਂ ਦੀ ਆਪਾਂ ਚਰਚਾ ਜਿਹੜੀ ਕਿ ਸੁਣਦੇ ਰਹਿੰਦੇ ਆ ਹਰ ਇੱਕ ਪਾਸੇ ਕਿ ਉਹ ਬਹੁਤ ਜਿਆਦਾ ਮਸ਼ਹੂਰ ਹੋਏ ਪਏ ਆ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜਾ ਕਿ ਨਵਾਂ ਫਰਨੀਚਰ ਬਣਾਇਆ ਹੋਆ ਉਹਦੇ ਬਾਰੇ ਜਾਣੂ ਕਰਾਣੇ ਆ ਤੇ ਦੇਖੋ ਕਿ ਆਪਾਂ ਦੇਖ ਰਹੇ ਆ ਕੀ ਬੈੱਡ ਜਿਹੜਾ ਕਿ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ ਹੋਇਆ ਵਾ ਤੇ ਫਿਰ ਉਸ ਦੀ ਢੋ ਮਾਰਬਲ ਵਗੈਰਾ ਤੇ ਇੱਥੇ ਹੋਰ ਵੀ ਜਾਨਕੀ ਸਮਾਨ ਜਿਹੜਾ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਘੱਟ ਰੇਟ ਤੇ ਮਿਲਦਾ ਵਾ ਤੇ ਜੇ ਕੋਈ ਇਹਨਾਂ ਕੋਲ ਗਰੀਬ ਪਰਿਵਾਰ ਆ ਵੀ ਜਾਂਦਾ ਉਹਨਾਂ ਦੀ ਇਹ ਕਿਸੇ ਨਾ ਕਿਸੇ ਤਰ੍ਹਾਂ ਹੈਲਪ ਵੀ ਕਰਦੇ ਆ ਤੇ ਨਾਲ ਦੇ ਨਾਲ ਇੱਥੇ ਫੌਜੀ ਮੋਦੀ ਖਾਨੇ ਵੱਲੋਂ ਹੈਲਥ ਕੇਅਰ ਜਿਹੜਾ ਕਿ ਲੈਬ ਅਤੇ ਹੋਰ ਵੀ ਦਵਾਈਆਂ ਹੋਰ ਸਮਾਨ ਵਗੈਰਾ ਦੀ ਸੇਵਾ ਕੀਤੀ ਜਾ ਰਹੀ ਫੌਜੀ ਮੋਦੀ ਖਾਨੇ ਵੱਲੋਂ ਬੀਜੀ ਸਸਕਾਲ ਜੀ ਸਸਕਾਲ ਜੀ ਜੀ ਬੀਜੀ ਜਿਸਾ ਕਿ ਨਵਾਂ ਸਾਲ ਆ ਰਿਹਾ ਵਾ ਇਹ ਤਰ ਹੈ ਕਿ ਕਿਹੜਾ ਫਰਨੀਚਰ ਲੈਣਾ ਹੈ ਜੀ ਇਹ ਬੜਾ ਫਰਨੀਚਰ ਮੈਂ ਸੈਟ ਹੀ ਵੇਖਣ ਲਈ ਮੈਂ ਕਹਾਂ ਚੱਲ ਬੈੱਡ ਵੇਖਦੀ ਆਂ ਦੇਖਦੇ ਵੇਖਦੇ ਸਾਨੂੰ ਪਤਾ ਲੱਗ ਗਿਆ ਕਿ ਫੌਜੀ ਸਾਹਿਬ ਨੇ ਫ੍ਰੀਜ ਮਤਲਬ ਕੈਂਪ ਲਗਾਇਆ ਹੋਇਆ ਇਧਰ ਮੋਦੀ ਖਾਣਾ ਕਰ ਲਵਾਂ ਦਵਾਈ ਦਿੰਦੇ ਫ੍ਰੀ ਫਿਰ ਮੈਂ ਕਹਾਂ ਚੱਲ ਮੈਂ ਆਪਣੇ ਬੱਚਿਆਂ ਦੀ ਦਵਾਈ ਲੈਤੀ ਆਂ ਕੀਤਾ ਵਾ ਜੀ ਜੇ ਲੋਕ ਕੋਈ ਨਈ ਵੀ ਖਾਚਾ ਕਸਾ ਦਾ ਗਰੀਬ ਆਪਣਾ ਪਰਿਵਾਰ ਕੋਈ ਦਵਾਈ ਨਹੀਂ ਲੈ ਸਕਦੇ ਬੱਚੇ ਤੇ ਆਪਣਾ ਦਵਾਈ ਲੈ ਸਕਦੇ ਆ ਡਾਕਟਰ ਸਾਹਿਬ ਬਹੁਤ ਵਧੀਆ ਹੈਲਪ ਕਰਦੇ ਆ ਬਹੁਤ ਵਧੀਆ ਆਈ ਬੱਚਿਆਂ ਨੂੰ ਚੈੱਕ ਕਰਾਇਆ ਬਹੁਤ ਵਧੀਆ ਚੈੱਕ ਕੀਤਾ ਵਾ ਹਾਂ ਜੀ ਮੈਂ ਵੀ ਆਪਣਾ ਟੈਸਟ ਕਰਵਾਣ ਲੱਗੀ ਆ ਤੇ ਉਹ ਮਤਲਬ ਅੰਦਰ ਸੈਟ ਹਾਂ ਜੀ ਮੈਂ ਹਾਰਦੀ ਪ੍ਰੋਬਲਮ ਹੈਗੀ ਮੈਨੂੰ ਉਹਦਾ ਟੈਸਟ ਕਰਵਾਣ ਲੱਗੀ ਜੇ ਮੈਂ ਹਾਂਜੀ ਮੋਦੀ ਖਾਣੇ ਕੋਲੋਂ ਬਿਲਕੁਲ ਫ੍ਰੀ ਟੈਸਟ ਹਾਂਜੀ ਮੋਦੀ ਖਾਣਾ ਨਾ ਨੇ ਮੈਂ ਪੁੱਛਿਆ ਡਾਕਟਰ ਸਾਹਿਬ ਕਹਿੰਦੇ ਬਿਲਕੁਲ ਫ੍ਰੀ ਸਾਰੇ ਟੈਸਟ ਹੈਗੇ ਤੇ ਅਸੀਂ ਆਏ ਆ ਲਾਗੂ ਆ ਬਾਬਾ ਬੁੱਢਾ ਸਾਹਿਬ ਕੋਲ ਨਹੀਂ ਤਾਂ ਆਏ ਆ ਹੋਰ ਵੀ ਆਂਦੇ ਸੀ ਕਿ ਲੋਕ ਹਨ ਮੈਨੂੰ ਪਤਾ ਨਹੀਂ ਮੈਂ ਅਚਾਨਕ ਅੱਜ ਪੜਿਆ ਤੇ ਮੈਂ ਫੇਰ ਮੈਂ ਚੱਲ ਦੇਖ ਕੇ ਆਨੇ ਥੋੜਾ ਫਰਨੀਚ ਦਾ ਨਵੇਂ ਸਾਲ ਦਾ ਕੀ ਕਰਵਾ ਜਾਂਦੇ ਜੀ ਬਿਲਕੁਲ ਜੀ ਨਵੇਂ ਸਾਲ ਉਤੇ ਫੌਜੀ ਮੋਦੀਖਾਨਾ ਹੈਲਥ케ਅਰ ਸੈਂਟਰ ਲੋ ਫੌਜੀ ਮੋਦੀਖਾਨਾ ਫਰਨੀਚਰ ਅਤੇ ਮਾਰਬਲ ਹਾਊਸ ਵੱਲੋਂ ਨਵੇਂ ਸਾਲ ਉਤੇ ਸਾਰੇ ਦੇਸ਼ ਵਾਸੀ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਨਵੇਂ ਸਾਲ 2023 ਦੀਆਂ ਬਹੁਤ ਬਹੁਤ ਵਧਾਈਆਂ 4G ਮੋਦੀਖਨਾ ਹੈਲਥ케ਅਰ ਸੈਂਟਰ ਵੱਲੋਂ 4G ਮੋਦੀਖਨਾ ਫਰਨੀਚਰ ਤੇ ਮਾਰਬਲ ਹਾਊਸ ਵੱਲੋਂ ਸਾਰੇ ਸਟਾਫ ਵੱਲੋਂ ਆਪ ਜੀ ਨੂੰ ਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਆਪਣੀ ਜਗ੍ਹਾ ਤੇ ਠੀਕ ਠਾਕ ਹੋਵੋਗੇ ਜਿਸ ਤਰ੍ਹਾਂ ਕਿ ਪਿਛਲਾ ਸਾਲ ਖੁਸ਼ੀਆਂ ਖੇੜਿਆਂ ਪਰਿਆ ਬਤੀਤ ਹੋਇਆ ਹੈ ਇਸੇ ਤਰ੍ਹਾਂ ਹੀ ਆਉਣ ਵਾਲਾ ਨਵਾਂ ਸਾਲ ਵੀ ਤੁਹਾਡੇ ਵਾਸਤੇ ਲਾਹੇਵੰਦ ਹੋਵੇ ਤੁਹਾਡੇ ਵਾਸਤੇ ਭਾਗਾਂ ਭਰਿਆ ਹੋਵੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਆਪਣੀ ਜਗ੍ਹਾ ਤੇ ਠੀਕ ਠਾਕ ਹੋਵੋਗੇ